ਹੋਰ ਬਾਈ ਕਿੰਨਾ ਕੁ ਅੱਗੇ ਜਾਣਾ? ਬਸ ਬਸ 2 ਮਿੰਟ ਹੋਰ ਅੱਗੇ ਆ। ਦੋ ਦੋ ਮਿੰਟ ਕਰਕੇ ਕਿੰਨਾ ਅੱਗੇ ਲੈ ਕੇ ਆਇਆ? ਬਸ ਬਸ ਹੋਰ ਅੱਗੇ ਆ। ਬਸ ਬਸ ਕਰਕੇ ਬੁਰਾ ਹਾਲ ਕਰਤਾ ਈ ਤੂੰ ਮੇਰਾ ਕਿੱਥੇ ਲੈ? ਆਹੀ ਕਿੰਨੇ ਪੈਸੇ? 200। 200? ਓ ਤੂੰ ਸਾਲਿਆ ਵਿੱਚ ਏਸੀ ਲਾ ਕੇ ਲੈ। ਭਰਾਵਾ 180 ਦੇ ਦੇ ਤੂੰ, ਕਾ ਤੋ ਐਵੇਂ ਗੁੱਸੇ 'ਚ ਪੂਰਾ ਸਲੇਟੀ ਹੋਈ ਜਾਂਦਾ। ਹੈਲੋ, ਮੈਂ ਵੀ ਪੜਿਆ ਲਿਖਿਆ ਵਾਂ, ਗੁੱਸੇ 'ਚ ਪੂਰਾ ਸਲੇਟੀ ਨਹੀਂ ਹੁੰਦਾ, ਲਾਲ ਪੀਲਾ ਹੁੰਦਾ ਵਾ। ਚੱਲ ਜੋ ਵੀ ਹੁੰਦਾ ਤੂੰ 180 ਰੁਪਏ ਦੇ। 180? ਓਏ 180 ਕਾਹਦੇ? ਮੈਂ ਵੀ ਨਾ ਤੂੰ ਸ਼ਹਿਰ ਜਾਣਾ ਵਾਂ, 100 ਰੁਪਇਆ ਦੇ ਕੇ ਆਉਣਾ ਵਾਂ। ਓਏ ਜੇ ਰੋਜ਼ ਸ਼ਹਿਰ ਜਾਣਾ ਆ, ਆਟੋ ਆਪਦਾ ਪਾ ਲੈਂਦਾ, 100 ਰੁਪਇਆ ਦੇਣ ਦੀ ਵੀ ਨਹੀਂ ਲੋੜ ਗੀ। ਆਹਾ, ਬੋਰੀ ਵੀ ਤਾਂ ਲੱਦ ਕੇ ਲੈ ਕੇ ਆਇਆ, 80 ਉਹਦੇ ਵੀ ਆ ਨਾਲ। ਤੇ 180 ਤਾਂ ਬੋਰੀ ਦੇ ਲਾਇਆ ਤੂੰ? 80 ਰੁਪਇਆ ਬੋਰੀ ਦੇ ਵੀ ਆ। ਕਮਾਲ ਦੀ ਗੱਲ ਆ, ਇਹ ਤਾਂ ਉਹੋ ਗੱਲ ਹੋ ਗਈ ਆਖੇ ਢਾਈਆਂ ਦੀ ਬੱਕਰੀ 5 ਫਟਕ ਟਪਾਈ ਦੇ। ਇਹਦਾ ਮਤਲਬ ਹੁਣ? ਓ ਢੇਲੇ ਦੀ ਪੁੜੀ ਟਕਾ ਸਰ ਮਨਾਈ। ਓਏ ਹੁਣ ਮੈਨੂੰ ਇਹਦੀ ਵੀ ਨਹੀਂ ਸਮਝ ਲੱਗੀ। ਪੁੱਤਰਾ, ਜੇ ਤੈਨੂੰ ਸਮਝ ਲੱਗ ਜੀ ਨਾ, ਫਿਰ ਤੂੰ ਆਟੋ ਨਾ ਪਾਉਂਦਾ। ਸ਼ਨੋ ਪਾਣੀ ਪੂਣੀ ਪੀਣ ਚਲੀ ਗਈ ਹੋਣੀ। ਮੈਂ ਸ਼ਾਇਦ ਪਾਣੀ ਨਹੀਂ ਨਾ ਪਿਆ ਕੇ ਗਿਆ ਸੀ, ਆਪੀ ਪੀਣ ਚਲੀ ਗਈ ਹੋਣੀ। ਵੈਰੀ ਇੰਟੈਲੀਜੈਂਟ ਮੱਝ, ਪਾਣੀ ਪੂਣੀ ਪੀਣ ਹੀ ਗਈ ਹੋਣੀ। ਸ਼ਨੋ ਆ ਜਾ ਮੇਰੀ ਛੰਨੋ ਨੀ, ਜਾਨ ਨਿਕਲਦੀ ਜਾਂਦੀ ਆ। ਕਾਲੇ ਕੀ ਹੋਇਆ, ਰਾਂਝਾ ਬਣਿਆ ਹੁੰਦਾ? ਓ ਯਾਰ ਮੇਰੀ ਨਾ ਹੀਰ, ਮੇਰਾ ਮਤਲਬ ਨਾ ਮੇਰੀ ਛੰਨੋ ਨੀ ਮਿਲਦੀ ਪਈ। ਓ ਆਜੂ ਇੱਥੇ ਕਿਤੇ ਫਿਰਨ ਗਈ ਹੋਣੀ ਆ। ਫਿਰਨ ਨੂੰ ਯਾਰ ਉਹ ਵਾਰਾ ਵਾ, ਸਾਡੇ ਘਰ ਦੀ ਇੱਜ਼ਤ ਆ, 10 ਕਿਲੋ ਇੱਕ ਟਾਈਮ ਦਾ ਦੁੱਧ ਦਿੰਦੀ ਆ, ਉਹ ਵੀ 100 ਫੈਟ ਵਾਲਾ। ਕਾਲੇ ਗੱਲ ਤਾਂ ਤੇਰੀ ਮੰਨਣ ਵਾਲੀ ਆ, ਮੱਝ ਤਾਂ ਤੇਰੀ ਬਹੁਤ ਘੈਂਟ ਸੀ। ਓ ਉਹਨੂੰ ਮੱਝ ਨਾ ਕਹਿ। ਉਹ ਮੱਝ ਨੂੰ ਮੱਝ ਨਾ ਆਖਾਂ ਤਾਂ ਉਹਨੂੰ ਛਤਰ ਮੁਰਗ ਆਖਾਂ? ਓ ਜਾ ਜਾ ਚੱਲ ਜਾ ਚੱਲ ਜਾ, ਉਹ ਨਾ ਕਦੇ ਮੁੱਕੀਆਂ ਮੈਥੋਂ ਖਾਲੀ, ਔਰ ਤੈਨੂੰ ਮੈਂ ਛਤਰ ਮੁਰਗ ਬਣਾ ਦਿਆਂ। ਓ ਕਮਾਲ ਦਾ ਬੰਦਾ ਤੂੰ। ਓ ਜਾ ਚੱਲ ਜਾ ਚੱਲ ਜਾ, ਨੀ ਪਾਥੀ ਮਾਰ ਕੇ ਸਿਰ ਪਾੜ ਦੂੰ। ਓ ਜਾ ਕਰਦਾ ਚੱਪ ਚੱਪ ਕੇ, ਕਮਾਲ ਦਾ ਸੀਗਾ। ਅੱਜ ਕਿੱਥੇ ਗਈ ਡਾਕਟਰਾ? ਓ ਡਾਕਟਰਾ! ਹਾਂ ਚਾਚਾ, ਲੰਘਿਆ ਡਾਕਟਰ ਛੰਨੋ। ਕਿਉਂ ਫੇਰ ਦਸਤ ਲੱਗ ਗਏ? ਨਹੀਂ ਐਤਕੀ ਉਹਨੂੰ ਨਹੀਂ ਲੱਗੇ, ਮੈਨੂੰ ਲੱਗ ਗਏ। ਫਿਰ ਬੰਦੇ ਨੇ ਡਾਕਟਰ ਕੋਲੇ ਜਾ, ਇੱਥੇ ਕੀ ਕਰਨਾ ਹੈ ਚਾਚਾ? ਤੂੰ ਡਾਕਟਰ ਸਮਝ ਨਹੀਂ ਰਿਹਾ, ਛੰਨੋ ਮਿਲ ਨਹੀਂ ਰਹੀ, ਕਿੱਲੇ ਤੇ ਹੈ ਨਹੀਂ ਉਹ। ਉਹ ਚਾਚਾ ਫਿਰ ਥਾਣੇ ਜਾ, ਮੈਂ ਕਿਹੜਾ ਇੱਥੇ ਗੁੰਮਸ਼ੁਦਾ ਤਲਾਸ਼ ਕੇਂਦਰ ਖੋਲਿਆ? ਜਿਸ ਤਰ੍ਹਾਂ ਲੱਗੇ ਸੋਈ ਜਾਣੇ। ਕੀ ਮਤਲਬ? ਯਾਰ ਮੈਂ ਛੰਨੋ ਨੂੰ ਲੱਭਣਾ, ਤੈਨੂੰ ਮਤਲਬ ਦੀ ਪਈ ਆ? ਬੜਾ ਮਤਲਬੀ ਬੰਦਾ ਤੂੰ ਡਾਕਟਰ ਆ ਯਾਰ, ਮੈਂ ਆਪੇ ਲੱਭ ਲੂ ਛੰਨੋ ਨੂੰ, ਰਹਿਣ ਦੇ ਮੈਨੂੰ ਤੇਰੀ ਲੋੜ। ਲੱਭ ਲਾ ਚਾਚਾ, ਮੈਂ ਕਿਹੜਾ ਬਾਹ ਫੜੀ ਆ? ਛੰਨੋ ਨਾ ਹੋ ਗਈ, ਕਟਰੀਨਾ ਕੈਫ ਹੋ ਗਈ। ਉੱਤੋਂ ਚਾਰ ਚਾਰ ਗੱਲਾਂ ਸੁਣਾਉਂਦਾ, ਦੱਸ ਜੇ ਪੁੱਛ ਲੈ ਤੇ ਲੋੜਾ ਆ ਗਿਆ ਤੈਨੂੰ, ਮੈਂ ਆਪੇ ਲੱਭ ਲੂੰਗਾ ਛੰਨੋ ਗਈ ਕਿੱਥੇ। ਹੋ ਬਿੱਲੂ, ਕਿੱਲੇ ਤੇ ਮੱਝ ਖੜੀ ਸੀ, ਕਿੱਥੇ ਆ? ਆਵੇ ਰਹੀ ਪਾਪਾ, ਮੈਂ ਮੱਝ ਪੁੱਛਦਾ, ਮੈਨੂੰ ਫੋਨ ਦਿਖਾਈ ਜਾਂਦਾ, ਮੈਨੂੰ ਪਾਗਲ ਸਮਝਿਆ? ਉਹ ਪਾਪਾ ਤੁਸੀਂ ਸਮਝੇ ਨਹੀਂ, ਹਾਂ ਉਹ ਮੱਝ ਵੇਚ ਕੇ ਤਾਂ ਫੋਨ ਲਿਆਂਦਾ। ਕਿਉਂ ਕੁੱਟੀ ਜਾਂਦਾ ਮੇਰੇ ਲਾਲ ਨੂੰ? ਤੇਰੇ ਲਾਲ ਨੇ ਮੇਰੀ ਪੂਰੀ ਮੱਝ ਵੇਚਤੀ ਬੇ। ਕੀ ਕਹਿੰਦਾ ਪੁੱਤ ਤੇਰਾ ਪਾਪਾ?
ਮੰਮੀ ਜੋ ਤੁਸੀਂ ਸੁਣਿਆ ਆ ਵੇਖ ਲੈ ਸ਼ਰਮ ਨਹੀਂ ਆਉਂਦੀ ਇਹਨੂੰ ਹੈ ਮੱਝ ਵੇਚ ਕੇ ਆਈ ਫੋਨ ਲਿਆ ਆ ਹਾਏ ਮੈਨੂੰ ਤਾਂ ਦਿਖਾਇਆ ਨਹੀਂ ਦੇਖਾ ਪੁੱਤ ਕਿਹੜਾ ਲਿਆ ਤੂੰ ਆਈ ਫੋਨ ਕਿੰਨਾ ਸੋਹਣਾ ਮੇਰੇ ਪੁੱਤ ਦਾ ਫੋਨ ਸੋਹਣੇ ਦਾ ਚਾਰ ਪੌਣਾ ਵਾ ਹੁਣ ਇਹਦੇ ਚੋਂ ਪੀ ਲਿਓ ਦੁੱਧ ਵੇ ਦੁੱਧ ਵੀ ਨਾ ਕਿਹੜਾ ਜਾਨ ਨਿਕਲਦੀ ਆ ਤੇਰੀ ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਹੋਣਾ ਦੁੱਧ ਪੀ ਕੇ ਕਿਹੜਾ ਤੂੰ ਬਦਲ ਗਿਆ ਕਾਲਾ ਜਿਹਾ ਪਹਿਲਾਂ ਸੀ ਕਾਲਾ ਜਿਹਾ ਹੋਣਾ ਰੋਟੀਆਂ ਖਾ ਕੇ ਤੇਰੇ ਤਾਂ ਮੱਤ ਮਰੀ ਪਈ ਆ ਉੱਤੋਂ ਤੂੰ ਮੁੰਡੇ ਨੂੰ ਕੁੱਟਣ ਮੰਡ ਗਿਆ ਹੁਣ ਮੈਂ ਛੰਨੋ ਦਾ ਕੀ ਕਰਾਂ ਮੰਮੀ ਮੈਂ ਨਾ ਛੰਨਣ ਨੂੰ ਵੇਚਣ ਤੋਂ ਪਹਿਲਾਂ ਉਹਦੀਆਂ ਫੋਟੋਆਂ ਵੀ ਖਿੱਚੀਆਂ ਸੀ ਤੇ ਮੈਂ ਨਾ ਉਹਨਾਂ ਫੋਟੋਆਂ ਦਾ WhatsApp ਤੇ ਸਟੇਟਸ ਵੀ ਲਾਇਆ ਸੀ ਦੇਖ ਲੈ ਮੁੰਡਾ ਕਿੰਨਾ ਸਿਆਣਾ ਵੇ ਜਦੋਂ ਮੱਝ ਕੋਲੇ ਸੀ ਤੂੰ ਤਾਂ ਉਨੀ ਕਦਰ ਕੀਤੀ ਨਹੀਂ ਜਿੰਨੀ ਮੁੰਡੇ ਨੇ ਵੇਚਣ ਤੋਂ ਬਾਅਦ ਕੀਤੀ ਆ ਤੇ ਹੁਣ ਮੈਂ ਇਸ ਖਾਲ ਦਾ ਕੀ ਕਰਾਂ ਵੇ ਜੇ ਵਿਕਦੀ ਆ ਵੇਚ ਦੇ ਨਹੀਂ ਤੂੰ ਖਾ ਲਾ ਤੂੰ ਖਾ ਲਾਗਾ ਹੁਣ ਇਹਨੂੰ ਭੇਜ ਮੋੜਨ ਮੇਰੇ ਤੋਂ ਨਹੀਂ ਜਾ ਹੁੰਦਾ ਥੱਕ ਗਿਆ ਮੈਂ ਤਾਂ ਅੱਜ ਗੇੜੇ ਲਾ ਲਾ ਕੇ ਕਦੇ ਕਿਹਦੇ ਕਰੇ ਜਾਂਦਾ ਸੀ ਪੁੱਛ ਮੇਰੀ ਛੰਨੋ ਕਿੱਥੇ ਆ ਮੇਰੀ ਛੰਨੋ ਕਿੱਥੇ ਆ ਤੇ ਧਾਪੀ ਕਹਿਣਾ ਸੀ ਸਾਨੂੰ ਜਾ ਪੁੱਤ ਐਂ ਕਰ ਤੇਰੀ ਮਾਸੀ ਦਾ ਨੰਬਰ ਲਾ ਕੇ ਦੇ ਮੈਂ ਗੱਲ ਕਰਦੀ ਆ ਤੇਰੀ ਮਾਸੀ ਨਾਲ ਉਹਨੂੰ ਦਿੰਨੀਆਂ ਵਧਾਈਆਂ ਤੂੰ ਖਲ ਮੋੜਾ ਜਾ ਕੇ ਤੇਰਾ ਪਿਓ ਤਾਂ ਜਹ ਜਹ ਹੈਗਾ ਹੈਗਾ ਜਾ ਵਗ ਜਾ ਤੇਰੀ ਮਾਂ ਵੀ ਇਹੋ ਜੀ ਹੈਗੀ ਹੈਗੀ ਕੋਈ ਗੱਲ ਨਹੀਂ ਵੇ ਮੈਂ ਕੱਟੀ ਜਾਂਦੀਆਂ ਹੋਰ ਕੋਈ ਤੇਰੇ ਨਾਲ ਕੱਟ ਵੀ ਨਹੀਂ ਸਕਦੀ ਜਾ ਚੰਗਾ ਮੈਨੂੰ ਗੱਲ ਕਰ ਲੈਣ ਦੇ ਵਗ ਜਾ ਕੰਮ ਕਰ ਲੈ ਤੇ ਮੇਰੇ ਤੋਂ ਸ਼ਰਮ ਆਉਂਦੀ ਮੈਨੂੰ ਵੀ ਕਰ ਲੈਣ ਦੇ ਕੋਈ ਨਾ ਕੋਈ ਨਹੀਂ ਕਰ ਰਿਹਾ ਕਿ ਆਪਾਂ ਆਹੀ ਰਹਿਣਾ ਸਸਰੀ ਕਰ ਪੈਣੇ ਆ ਗਏ ਨਵੇਂ ਪੁਆੜੇ ਦੀ ਜੜ ਸਾਡੇ ਓ ਲੈ ਆ ਰੋਟੀ ਛੇਤੀ ਇੰਨੀ ਸਲੋ ਲੈ ਕੇ ਆਣੀ ਉਦੋਂ ਨੂੰ ਮੈਨੂੰ ਦੂਜੀ ਵਾਰੀ ਭੁੱਖ ਲੱਗ ਜਾਣੀ ਆ ਤੇ ਲੈ ਕੇ ਢਾਈ ਜਾਂਦੀ ਆ ਕੀ ਤੈਨੂੰ ਕਤੂਰੇ ਚੁੰਗ ਜਾਂਦੇ ਨੇ ਚੱਕ ਫੜ ਰੋਟੀ ਓ ਮੈਂ ਕੁੱਤਾ ਵਾਂ ਮੈਨੂੰ ਐ ਚਲਾ ਕੇ ਪਾਉਣੀ ਰੋਟੀ ਵੇ ਤੇਰੇ ਤਾਂ ਕੁੱਤਿਆਂ ਨਾਲੋਂ ਵੀ ਜ਼ਿਆਦਾ ਹਾਲ ਹੋਇਆ ਪਿਆ ਮੂੰਹ ਤੇ ਢਿੱਡ ਇੱਕੋ ਜਿਹੇ ਹੋਏ ਪੈਨੇ ਪਤਾ ਲੱਗਦਾ ਤੇਰਾ ਕੁਛ ਲੱਗਦਾ ਪਤਾ ਗਾ ਰੋਟੀ ਵੀ ਨਹੀਂ ਢੰਗ ਨਾਲ ਖਾਣ ਦੇ ਢੰਗ ਨਾਲ ਖਾ ਲਿਆ ਕਰੋ ਮੰਜਾ ਨਹੀਂ ਦੀ ਨਾ ਤੈਨੂੰ ਚੱਕ ਕੇ ਬੂਥਾ ਇੱਥੇ ਬਹਿ ਜਾਣਾ ਤੇ ਤੈਨੂੰ ਜੋ ਮਾਂ ਦੀ ਧੀ ਨੂੰ ਬਾਟ ਪੈਂਦੀ ਸੀ ਬਾਲੀ ਤਾਂ ਬੈਠਾ ਇੱਥੇ ਨੇੜੇ ਹਾਂ ਨਾਲੇ ਹੋਰ ਮੈਨੂੰ ਕੰਮ ਪਤਾ ਕਿੰਨੇ ਹੋਏ ਪੈਨੇ ਉਹ ਭੁੱਖ ਲਿਆਰਾ ਦੀਵਾਲੀ ਕਰਕੇ ਸਫਾਈਆਂ ਨੇ ਤੇ ਤਾਂ ਕੋਈ ਕੰਮ ਤੇ ਹੱਥ ਬਟਾਉਣਾ ਨਹੀਂ ਮੇਰੇ ਨਾਲ ਬਟਾਉਣਾ ਨਹੀਂ ਚਾਚਾ ਤੁਹਾਡੇ ਮੁੰਡੇ ਨੇ ਹੋਟਲ ਤੇ ਚੋਰੀ ਕਰ ਲਈ ਲੈ ਤੇਰੇ ਲਾਡ ਪਿਆਰ ਨੇ ਵਿਗਾੜਿਆ ਉਹਨੂੰ ਉਦੋਂ ਤਾਂ ਕਹਿੰਦੀ ਸੀ ਨਾ ਮੇਰੇ ਚੰਨ ਨੂੰ ਕੁਛ ਨਾ ਆਖਿਓ ਹੁਣ ਚੜਦਾ ਨਾ ਚੰਨ ਨੇ ਚੰਨ ਆਹੋ ਚੰਨ ਨੇ ਧਾਪੀ ਚੰਨ ਚੜਨਾ ਸੀ ਮਈ ਮਾੜੀ ਹੋ ਗਈ ਹੈਨਾ ਜੇ ਤੁਸੀਂ ਚੰਗੇ ਸੀ ਆਪਦੇ ਚੰਨ ਨੂੰ ਲਾ ਦਿੰਦੇ ਨਾ ਡੀਸੀ ਫਿਰ ਉਹ ਚਾਚਾ ਯਾਰ ਬਾਅਦ ਚ ਲੜ ਲਿਓ ਤੁਸੀਂ ਘਰੇ ਵਿਹਲੇ ਆ ਪਹਿਲਾਂ ਜਾ ਕੇ ਸ਼ੋਰ ਨੂੰ ਛੜਾ ਲਓ ਨਾਲੇ ਮੇਰੀ ਗੱਲ ਸੁਣੇ ਉਰੇ ਫੜਾ ਥਾਲ ਚੱਕ ਕੇ ਰੋਟੀਆਂ ਚਵਰੇ ਨਾ ਮੁੰਡੇ ਨੂੰ ਲਾਰ ਪੀਲਾ ਕਰਦੇ ਜਾਂ ਛੜਾ ਕੇ ਰੱਜ ਭੱਜ ਚਪੜਾ ਦਾ ਦੇ ਦੇ ਚਪੜਾ ਤੈਨੂੰ ਕਿਤੇ ਹੋਰ ਮੁੰਡੇ ਨੂੰ ਮਾਰ ਦੇ ਜਾਂ ਛੜਾ ਲਿਆ ਸਾਰਾ ਦਿਨ ਰੋਟੀਆਂ ਤੇ ਸਵਾਏ ਹੋਰ ਕੋਈ ਕੰਮ ਨਹੀਂ ਹੈਗਾ ਇਹਨੂੰ ਅੱਜ ਜਾਂ ਫਿਰ ਇਹ ਹੈ ਨੀ ਤੇ ਜਾਂ ਮੈਂ ਹੈ ਨੀ